ਜੇਕਰ ਮੈਂ ਤੁਹਾਡੇ ਕੋਲੋਂ ਪੁੱਛਾਂ ਕਿ ਇੰਡੀਆ ਦਾ ਸਭ ਤੋਂ ਸੇਫ ਇੰਡੈਕਸ ਕਿਹੜਾ ਹੈ ਤਾਂ ਤੁਸੀਂ ਆਖੋਗੇ ਨਿਫਟੀ 50 ਜਾਂ ਨਿਫਟੀ 20। ਪਰ ਮੈਂ ਇਹ ਸਵਾਲ ਫਿਰ ਪੁੱਛਦਾ ਹਾਂ ਕਿ ਲਗਭਗ ਇੰਨਾ ਹੀ ਸੇਫ ਇੰਡੈਕਸ ਹੋਰ ਕਿਹੜਾ ਹੈ ਤਾਂ ਤੁਸੀਂ ਕੀ ਕਹੋਗੇ? ਜ਼ਿਆਦਾਤਰ ਲੋਕਾਂ ਦਾ ਧਿਆਨ ਸਿਰਫ ਨਿਫਟੀ 50 ਵੱਲ ਹੀ ਹੈ, ਪਰ ਜਿਸ ਇੰਡੈਕਸ ਦੀ ਮੈਂ ਗੱਲ ਕਰ ਰਿਹਾ ਹਾਂ ਉਹ ਵੀ ਨਿਫਟੀ 50 ਜਿੰਨਾ ਹੀ ਸੇਫ ਹੈ ਅਤੇ ਬਹੁਤ ਜ਼ਿਆਦਾ ਸ਼ਾਨਦਾਰ ਰਿਟਰਨਸ ਦੇ ਰਿਹਾ ਹੈ। ਇਸ ਐਪੀਸੋਡ ਨੂੰ ਬਿਲਕੁਲ ਧਿਆਨ ਨਾਲ ਦੇਖਣਾ, ਇਸ ਨੂੰ ਆਪਾਂ ਨਿਫਟੀ 20 ਨਾਲ ਵੀ ਕੰਪੇਅਰ ਕਰਾਂਗੇ। ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਫਾਈਨੈਂਸ਼ੀਅਲ ਐਪੀਸੋਡ ਵਿੱਚ ਤੁਸੀਂ ਜਾਣੋਗੇ ਕਿ ਜੂਨੀਅਰ 20 ਕੀ ਹਨ, ਇਸ ਦੇ ਕੀ ਫਾਇਦੇ ਹਨ ਅਤੇ ਤੁਹਾਨੂੰ ਇਸ ਵਿੱਚ ਕਿਸ ਤਰ੍ਹਾਂ ਇਨਵੈਸਟ ਕਰਨਾ ਚਾਹੀਦਾ ਹੈ। ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ 4000 ਸਬਸਕ੍ਰਾਈਬਰਸ ਪੂਰੇ ਹੋਣ ਤੋਂ ਬਾਅਦ ਮੈਂ ਤੁਹਾਨੂੰ ਇੱਕ ਅਜਿਹੀ ਪੋਜੀਸ਼ਨਲ ਟ੍ਰੇਡਿੰਗ ਨਿੰਜਾ ਟੈਕਨੀਕ ਬਾਰੇ ਦੱਸਾਂਗਾ ਜਿਸ ਨਾਲ ਤੁਸੀਂ ਬਿਨਾਂ ਰਿਸਕ ਲਏ ਮਲਟੀ ਬੈਗਰ ਪ੍ਰੋਫਿਟਸ ਕਮਾ ਸਕਦੇ ਹੋ। ਇਸ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲੈਣਾ। ਸਭ ਤੋਂ ਪਹਿਲਾਂ ਸਮਝ ਲੈਂਦੇ ਹਾਂ ਨਿਫਟੀ ਨੈਕਸਟ 50 ਕੀ ਹੈ। ਨਿਫਟੀ ਲਾਰਜ ਕੈਪ ਵਿੱਚ ਹਨ 100 ਕੰਪਨੀਜ਼, ਜਿਸ ਵਿੱਚ ਪਹਿਲੀਆਂ 50 ਕੰਪਨੀਜ਼ ਹਨ ਨਿਫਟੀ 50। ਇਸ ਨੂੰ ਹੀ ਨਿਫਟੀ 20 ਕਿਹਾ ਜਾਂਦਾ ਹੈ। ਉਸ ਤੋਂ ਅਗਲੀਆਂ 50 ਤੋਂ 100 ਕੰਪਨੀਜ਼ ਤੱਕ ਹਨ ਨਿਫਟੀ ਨੈਕਸਟ 50 ਅਤੇ ਇਹਨਾਂ ਨੈਕਸਟ 50 ਕੰਪਨੀਜ਼ ਨੂੰ ਜੂਨੀਅਰ 20 ਕਿਹਾ ਜਾਂਦਾ ਹੈ। ਬਹੁਤ ਹੀ ਸਿੰਪਲ, ਨਿਫਟੀ ਨੈਕਸਟ 50 ਦੇ ਰਿਟਰਨਸ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਇਸ ਦੇ ਨਾਲ ਹੀ ਜੂਨੀਅਰ 20 ਦੀ ਪਾਵਰ ਇਸ ਨੂੰ ਅਲਟੀਮੇਟ ਬਣਾ ਦੇਵੇਗੀ। ਸਭ ਤੋਂ ਪਹਿਲਾ ਸਵਾਲ ਇਹ ਕਿ ਜੂਨੀਅਰ 20 ਵਿੱਚ ਕਿਉਂ ਇਨਵੈਸਟ ਕਰਨਾ ਚਾਹੀਦਾ ਹੈ ਤਾਂ ਦੱਸ ਦਈਏ ਕਿ ਕਿਸੇ ਵੀ ਫਾਈਨੈਂਸ਼ੀਅਲ ਇੰਸਟਰੂਮੈਂਟ ਵਿੱਚ ਇਨਵੈਸਟ ਕਰਨ ਤੋਂ ਪਹਿਲਾਂ ਦੋ ਚੀਜ਼ਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਪਹਿਲਾ ਹੈ ਰਿਸਕ ਅਤੇ ਦੂਸਰਾ ਹੈ ਰਿਵਾਰਡ। ਮੈਂ ਤੁਹਾਡੇ ਕੋਲੋਂ ਪੁੱਛਦਾ ਹਾਂ ਕਿ ਤੁਸੀਂ ਨਿਫਟੀ 20 ਵਿੱਚ ਇਨਵੈਸਟ ਕਿਉਂ ਕਰਨਾ ਚਾਹੋਗੇ ਤਾਂ ਤੁਸੀਂ ਕਹੋਗੇ ਕਿ ਲੋ ਰਿਸਕ। ਹੁਣ ਆਪਾਂ ਨਿਫਟੀ 20 ਅਤੇ ਜੂਨੀਅਰ 20 ਦੇ ਰਿਸਕ ਅਤੇ ਰਿਵਾਰਡ ਰੇਸ਼ੀਓ ਨੂੰ ਦੇਖਾਂਗੇ। ਸਭ ਤੋਂ ਪਹਿਲਾਂ ਦੇਖਦੇ ਹਾਂ 2018 ਤੱਕ ਦਾ ਰਿਟਰਨ। ਤਾਂ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਨਿਫਟੀ ਨੈਕਸਟ 50 ਨੇ ਨਿਫਟੀ 50 ਨਾਲੋਂ ਵਧੀਆ ਰਿਟਰਨਸ ਦਿੱਤੇ ਹਨ। ਇਸ ਦਾ ਰੀਜ਼ਨ ਵੀ ਬਹੁਤ ਸਿੰਪਲ ਹੈ ਕਿ ਜੋ ਨਿਫਟੀ ਨੈਕਸਟ 50 ਵਿੱਚ ਕੰਪਨੀਜ਼ ਹਨ ਉਹਨਾਂ ਦਾ ਵਿਜ਼ਨ ਨਿਫਟੀ 50 ਵਿੱਚ ਆਉਣ ਦਾ ਹੈ, ਕਿਉਂਕਿ ਜੇਕਰ ਕੋਈ ਰੇਸ ਵਿੱਚ ਪਿੱਛੇ ਹੈ ਤਾਂ ਉਹ ਹਮੇਸ਼ਾ ਅੱਗੇ ਨਿਕਲਣ ਦੀ ਕੋਸ਼ਿਸ਼ ਕਰੇਗਾ, ਉਹ ਵਧੀਆ ਪਰਫਾਰਮ ਕਰਨ ਦੀ ਕੋਸ਼ਿਸ਼ ਕਰੇਗਾ। ਇਸੇ ਕਰਕੇ ਇਸ ਨੇ ਨਿਫਟੀ 20 ਨਾਲੋਂ ਵਧੀਆ ਰਿਟਰਨਸ ਦਿੱਤੇ ਹਨ। ਇਸ ਦੇ ਨਾਲ ਇਹ ਰਿਸਕ ਰਿਵਾਰਡ ਰੇਸ਼ੀਓ ਵੀ ਜੂਨੀਅਰ 20 ਵਿੱਚ ਜ਼ਿਆਦਾ ਹੈ, ਪਰ ਇਸ ਦਾ ਰੀਜ਼ਨ ਵੀ ਬਹੁਤ ਸਿੰਪਲ ਹੈ। ਹਾਈ ਰਿਟਰਨਸ ਵਾਸਤੇ ਹਾਈ ਰਿਸਕ ਲੈਣਾ ਪੈਂਦਾ ਹੈ, ਪਰ ਜਦੋਂ ਅਸੀਂ ਜੂਨੀਅਰ 20 ਵਿੱਚ ਇਨਵੈਸਟ ਕਰਦੇ ਹਾਂ ਤਾਂ ਰਿਸਕ ਵੀ ਬਹੁਤ ਘੱਟ ਜਾਂਦਾ ਹੈ। ਤੁਹਾਡਾ ਅਗਲਾ ਸਵਾਲ ਹੋਵੇਗਾ ਕਿ ਅਸੀਂ ਨਿਫਟੀ ਨੈਕਸਟ 50 ਵਿੱਚ ਕਿਵੇਂ ਇਨਵੈਸਟ ਕਰ ਸਕਦੇ ਹਾਂ, ਕਿਉਂਕਿ ਕਿਸੇ ਵੀ ਇੰਡੈਕਸ ਵਿੱਚ ਤੁਸੀਂ ਡਾਇਰੈਕਟ ਇਨਵੈਸਟ ਨਹੀਂ ਕਰ ਸਕਦੇ ਤਾਂ ਇਸ ਵਿੱਚ ਇਨਵੈਸਟ ਕਰਨ ਦੇ ਦੋ ਆਪਸ਼ਨ ਹਨ। ਪਹਿਲਾ ਇੰਡੈਕਸ ਮਿਊਚੁਅਲ ਫੰਡ, ਦੂਸਰਾ ETF ਯਾਨੀ ਐਕਸਚੇਂਜ ਟ੍ਰੇਡਡ ਫੰਡ। ਮੈਂ ਤੁਹਾਨੂੰ ਸਕੇ ਭਰਾਵਾਂ ਵਾਲੀ ਸਲਾਹ ਦੇਣਾ ਚਾਹਾਂਗਾ ਕਿ ਤੁਸੀਂ ETF ਵਿੱਚ ਇਨਵੈਸਟ ਕਰੋ, ਕਿਉਂਕਿ ਇੰਡੈਕਸ ਮਿਊਚੁਅਲ ਫੰਡ ਵਿੱਚ ਫੀਸ ਜ਼ਿਆਦਾ ਲੱਗਦੀ ਹੈ। ETF ਨੂੰ ਤੁਸੀਂ ਕਿਸੇ ਸ਼ੇਅਰ ਵਾਂਗ ਬਾਈ ਸੈਲ ਕਰ ਸਕਦੇ ਹੋ, ਤੁਹਾਨੂੰ ਕਿਤੇ ਜਾ ਕੇ ਬੈਸਟ ETF ਲੱਭਣ ਦੀ ਲੋੜ ਨਹੀਂ। ਮੈਂ ਤੁਹਾਨੂੰ ਦੱਸਦਾ ਹਾਂ ਸਭ ਤੋਂ ਬੈਸਟ ETF ਹੈ ਨਿਪੋਨ ਇੰਡੀਆ ਨਿਫਟੀ ਨੈਕਸਟ 50, ਜਿਸ ਨੂੰ ਜੂਨੀਅਰ 20 ਵੀ ਕਹਿੰਦੇ ਹਨ। ਇਸ ਵਿੱਚ ਇਨਵੈਸਟ ਕਰਨ ਦੇ ਬਹੁਤ ਫਾਇਦੇ ਹਨ। ਪਹਿਲਾ ਹੈ ਲੋ ਐਕਸਪੈਂਸ ਰੇਸ਼ੀਓ। ਕਹਿਣ ਦਾ ਮਤਲਬ ਜੂਨੀਅਰ 20 ਵਿੱਚ ਇਨਵੈਸਟ ਕਰਨ ਵੇਲੇ ਫੀਸ ਬਹੁਤ ਘੱਟ ਲੱਗਦੀ ਹੈ, ਸਿਰਫ 0.17%। ਮਿਰਰ ਆਫ ਨਿਫਟੀ ਨੈਕਸਟ 50, ਤੁਹਾਨੂੰ ਨਿਫਟੀ ਨੈਕਸਟ 50 ਦਾ ਇਕੱਲਾ ਇਕੱਲਾ ਸਟਾਕ ਬਾਏ ਕਰਨ ਦੀ ਲੋੜ ਨਹੀਂ, ਜੋ ਕਿ ਪੋਸੀਬਲ ਵੀ ਨਹੀਂ ਹੈ ਕਿਉਂਕਿ ਇਸ ਵਿੱਚ ਲੱਖਾਂ ਰੁਪਏ ਲੱਗ ਜਾਣਗੇ। ਪਰ ਜੂਨੀਅਰ 20 ਦੀ ਮਦਦ ਨਾਲ ਤੁਸੀਂ ਸਿਰਫ 760 ਰੁਪਏ ਵਿੱਚ ਨਿਫਟੀ ਨੈਕਸਟ 50 ਦੇ ਸਾਰੇ ਸਟਾਕਸ ਖਰੀਦ ਸਕਦੇ ਹੋ। ਤੀਸਰਾ, ਹਾਈ ਲਿਕੁਇਡਿਟੀ। ਤੁਸੀਂ ਬਹੁਤ ਆਸਾਨੀ ਨਾਲ ਇਸ ਨੂੰ ਬਾਏ ਸੈਲ ਕਰ ਸਕਦੇ ਹੋ ਕਿਉਂਕਿ ਇਹ ਇੱਕ ਹਾਈ ਲਿਕੁਇਡ ਐਸੈਟ ਹੈ। ਚੌਥਾ, ਨੋ ਐਕਸਿਟ ਲੋਡ। ਮਿਊਚੁਅਲ ਫੰਡਸ ਨੂੰ ਸੈਲ ਕਰਨ ਵੇਲੇ ਐਕਸਿਟ ਲੋਡ ਲੱਗਦਾ ਹੈ, ਪਰ ਜੂਨੀਅਰ 20 ਵਿੱਚ ਇਹ ਲੋਡ ਨਹੀਂ ਲੱਗਦਾ। ਪੰਜਵਾਂ, ਪੈਸਿਵ ਇਨਵੈਸਟਮੈਂਟ। ਇਹ ਇੱਕ ਪੈਸਿਵ ਇਨਵੈਸਟਮੈਂਟ ਹੈ, ਤੁਸੀਂ ਬਸ ਲੌਂਗ ਟਰਮ ਵਾਸਤੇ ਪੈਸੇ ਲਗਾਓ ਅਤੇ ਇਸ ਨੂੰ ਭੁੱਲ ਜਾਓ, ਤੁਹਾਨੂੰ ਇਸ ਨੂੰ ਵਾਰ ਵਾਰ ਚੈੱਕ ਕਰਨ ਦੀ ਲੋੜ ਨਹੀਂ, ਪੈਸਾ ਆਪਣੇ ਆਪ ਵੱਧਦਾ ਜਾਵੇਗਾ। ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਇਸ ਨੇ ਕਿੰਨੇ ਰਿਟਰਨਸ ਦਿੱਤੇ ਹਨ। ਤੁਸੀਂ ਦੇਖ ਸਕਦੇ ਹੋ ਚਾਹੇ 1 ਸਾਲ ਦਾ ਟਾਈਮ ਪੀਰੀਅਡ ਹੋਵੇ ਚਾਹੇ 5 ਸਾਲ ਦਾ ਜਾਂ ਜਦੋਂ ਤੋਂ ਮਾਰਕੀਟ ਸ਼ੁਰੂ ਹੋਇਆ ਹੈ, ਜੂਨੀਅਰ 20 ਨੇ ਹਰ ਵਾਰ ਨਿਫਟੀ 20 ਨਾਲੋਂ ਜ਼ਿਆਦਾ ਰਿਟਰਨਸ ਦਿੱਤੇ ਹਨ। ਜੇਕਰ ਤੁਸੀਂ ਜੂਨੀਅਰ 20 ਵਿੱਚ 10,000 ਰੁਪਏ ਇਨਵੈਸਟ ਕੀਤੇ ਹੁੰਦੇ ਜਦੋਂ ਤੋਂ ਇਹ ਸ਼ੁਰੂ ਹੋਇਆ ਸੀ ਤਾਂ ਅੱਜ ਉਹ 5,700,000 ਰੁਪਏ ਬਣ ਜਾਂਦੇ। ਤੁਸੀਂ ਇਸ ਵਿੱਚ ਟੌਪ 7 ਹੋਲਡਿੰਗਸ ਵੀ ਦੇਖ ਸਕਦੇ ਹੋ ਜੋ ਕਿ ਬਹੁਤ ਹੀ ਸ਼ਾਨਦਾਰ ਕੰਪਨੀਜ਼ ਹਨ। ਟ੍ਰੈਂਟ, ਭਾਰਤ ਇਲੈਕਟ੍ਰੋਨਿਕਸ, ਟਾਟਾ ਪਾਵਰ, ਹਿੰਦੁਸਤਾਨ ਐਰੋਨੋਟਿਕਸ, ਪਾਵਰ ਫਾਈਨੈਂਸ, REC, ਇੰਡੀਅਨ ਆਇਲ, DLF, ਇੰਟਰਗਲੋਬ ਐਵੀਏਸ਼ਨ ਅਤੇ ਗੇਲ। ਅੱਜ ਲਈ ਬਸ ਇੰਨਾ ਹੀ, ਮਿਲਦੇ ਹਾਂ ਜੀ ਅਗਲੇ ਐਪੀਸੋਡ ਵਿੱਚ ਨਵੀਂ ਐਜੂਕੇਸ਼ਨ ਦੇ ਨਾਲ। ਕੈਮਰਾਮੈਨ ਸੰਧੂ ਸਾਹਿਬ ਦੇ ਨਾਲ ਇਨਵੈਸਟਰ ਪੰਜਾਬ, ਅੰਮ੍ਰਿਤਸਰ।